ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਸਭ ਤੋਂ ਪਹਿਲਾਂ ਤਾਂ ਕਾਫੀ ਦਿਨ ਬਾਅਦ ਲਾਈਵ ਹੋਇਆਂ, ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਰੈਗੂਲਰ ਬਹੁਤ ਮੈਸੇਜਸ ਕਰਦੇ ਰਹਿੰਦੇ ਹੋ, ਰੈਗੂਲਰ ਵੀਡੀਓਜ਼ ਨੂੰ ਐਪਰੀਸ਼ੀਏਟ ਕਰਦੇ ਰਹਿੰਦੇ ਹੋ ਕਿ ਮੈਂ ਜਦੋਂ ਵੀ ਕੋਈ ਇਨਫੋਰਮੇਟਿਵ ਵੀਡੀਓ ਪਾਉਂਦਾ ਤੁਹਾਡੇ ਮੈਸੇਜ ਪੜ੍ਹ ਕੇ ਹੋਰ ਵੀ ਜ਼ਿਆਦਾ ਹੌਸਲਾ ਮਿਲਦਾ, ਹੋਰ ਵੀ ਜ਼ਿਆਦਾ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਮੈਂ ਜਿੰਨੀ ਵੀ ਅਵੇਅਰਨੈਸ ਦੇ ਸਕਾਂ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਮੇਰੇ ਕੰਮ ਲਈ ਜਾਂ ਮੇਰੇ ਕੰਮ ਪ੍ਰਤੀ ਜੋ ਮੇਰਾ ਧਰਮ ਆ ਉਹਦੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੋ ਜਾਂਦੀ ਹੈ ਅਤੇ ਬਹੁਤ ਚੰਗੀ ਵੀ ਸਾਬਤ ਹੁੰਦੀ ਆ ਮੇਰੇ ਯੰਗਸਟਰ ਲਈ, ਮੇਰੇ ਦੇਸ਼ ਦੇ ਯੰਗਸਟਰ ਲਈ ਜੋ ਕਿਤੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦਾ, ਜੋ ਬਾਹਰ ਜਾ ਕੇ ਕੰਮ ਕਰਨਾ ਚਾਹੁੰਦਾ, ਉਹਦੇ ਸੁਪਨੇ ਪੂਰੇ ਕਰਨਾ ਚਾਹੁੰਦਾ, ਉਹਨਾਂ ਲਈ ਵੀ ਸ਼ਾਇਦ ਮੈਂ ਹੈਲਪਫੁਲ ਸਾਬਤ ਹੁੰਦਾ। ਸੋ ਜਿੰਨੇ ਵੀ ਮੇਰੇ ਵੀਰ ਸਰੋਤੇ ਜੋ ਫੇਸਬੁੱਕ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਤੋਂ ਜੁੜੇ ਨੇ ਮੇਰੇ ਨਾਲ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਇਸ ਵੀਡੀਓ ਦੇ ਵਿੱਚ ਜੋ ਮੈਂ ਮੇਨ ਵਿਸ਼ਾ ਰੱਖਿਆ ਗੱਲ ਕਰਨ ਦਾ, ਉਹ ਇਹ ਆ ਕਿ ਹਰ ਰੋਜ਼ ਅਪੁਆਇੰਟਮੈਂਟਸ ਦਾ ਜਿਹੜਾ ਲੈਵਲ ਆ ਜਾਂ ਮੀਟਿੰਗਸ ਦਾ ਜਿਹੜਾ ਲੈਵਲ ਆ ਜਾਂ ਜੋ ਗਿਣਤੀ ਆ ਉਹ ਵੱਧ ਕੇ ਇਸ ਲੈਵਲ ਤੱਕ ਪਹੁੰਚ ਚੁੱਕੀ ਆ ਕਿ ਟਾਈਮ ਵਰਕਿੰਗ ਆਰਸ ਤੋਂ ਬਾਅਦ ਵੀ ਲੋਕਾਂ ਨੂੰ ਮਿਲਣਾ ਪੈਂਦਾ। ਕਾਰਨ ਕੀ ਬਣਿਆ? ਕਾਰਨ ਬਣਿਆ ਰਿਫਿਊਜ਼ਲਸ, ਕੈਨੇਡਾ ਅੰਬੈਸੀ ਵੱਲੋਂ ਕੇਸ ਰਿਫਿਊਜ਼ ਕਰ ਦਿੱਤੇ ਗਏ ਨੇ ਜੀ, ਸਾਡੇ ਕੇਸ ਰਿਫਿਊਜ਼ ਹੋ ਗਏ ਜੀ, ਸਾਡਾ ਕੇਸ ਰਿਫਿਊਜ਼ ਹੋ ਗਿਆ ਜੀ, ਫਲਾਨੀ ਕੰਪਨੀ ਨੇ ਲਾਇਆ ਸੀ ਤੁਹਾਡਾ, ਸਾਡਾ ਕੇਸ ਰਿਫਿਊਜ਼ ਹੋ ਗਿਆ ਜੀ, ਕੈਨੇਡਾ ਵੀਜ਼ਾ ਦੇਣਾ ਬੰਦ ਕਰਤਾ ਜੀ ਕੈਨੇਡੀਅਨ ਗੌਰਮੈਂਟ ਨੇ, ਕੈਨੇਡਾ ਅੰਬੈਸੀ ਨੇ ਡਿਪਲੋਮਾ 'ਤੇ ਵੀਜ਼ਾ ਬੰਦ ਕਰਤਾ, ਕੈਨੇਡਾ ਨੇ ਰਿਕੁਆਇਰਮੈਂਟ ਵਧਾਤੀ ਜੀ। ਇਹ ਹਰ ਰੋਜ਼ ਰੋਜ਼ਾਨਾ ਰੂਟੀਨ ਦੇ ਵਿੱਚ ਹੀ ਇਹੋ ਜਿਹੀਆਂ ਕੁਐਰੀਜ਼ ਮੇਰੇ ਤੱਕ ਪਹੁੰਚਦੀਆਂ ਨੇ। ਪਰ ਮੈਂ ਅੱਜ ਇੱਕ ਗੱਲ ਕਰਨੀ ਚਾਹੁੰਦਾ ਕਿ ਮੈਂ ਜੇ ਪਿੱਛੇ ਚਲਿਆ ਜਾਵਾਂ, ਅੱਜ ਤੋਂ ਸਾਲ ਡੇਢ ਸਾਲ ਜਦੋਂ ਮੈਂ ਸ਼ੋਅ ਕਰਨੇ ਟੀਵੀ 'ਤੇ ਸ਼ੁਰੂ ਕੀਤੇ ਸੀ, ਜੇ ਅੱਜ ਵੀ ਉਹ ਯੂਟਿਊਬ 'ਤੇ ਅਵੇਲੇਬਲ ਨੇ ਸ਼ੋਅ, ਤੁਸੀਂ ਜਾ ਕੇ ਦੇਖੋ, ਤਾਂ ਮੈਂ ਉਦੋਂ ਇਹ ਗੱਲ ਕਰਦਾ ਸੀ ਵੀ ਮੇਰੇ ਵੀਰ ਜਿਹੜੇ ਮੇਰੇ ਵਾਲੇ ਪ੍ਰੋਫੈਸ਼ਨ ਦੇ ਵਿੱਚ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ, ਵੀਕ ਕੇਸ ਨਾ ਫੜੋ। ਹੁਣ ਵੀਕ ਕੇਸ ਹੈ ਕਿਹੜਾ? ਸਾਡਾ ਕੇਸ ਅਪਲਾਈ ਕਰ ਰਹੇ ਹਾਂ ਐਜ਼ ਆ ਸਟੂਡੈਂਟ, ਅਤੇ ਅਸੀਂ ਇੰਡੀਆ ਦੇ ਵਿੱਚ ਕੀ ਪੜ੍ਹੇ ਹਾਂ ਅਤੇ ਅੱਗੇ ਕੀ ਪੜ੍ਹਨ ਚੱਲੇ ਹਾਂ, ਇਹ ਦੋ ਮੇਨ ਚੀਜ਼ਾਂ ਨੇ। ਕੈਨੇਡੀਅਨ ਗੌਰਮੈਂਟ ਨਾ ਤੁਹਾਡੇ ਤੋਂ ਫੰਡ ਮੰਗਦੀ ਆ, ਨਾ ਤੁਹਾਡੇ ਤੋਂ ਸੋਰਸ ਆਫ ਇਨਕਮ ਮੰਗਦੀ ਆ, ਨਾ ਕੋਈ ਹੋਰ ਐਕਸਟਰਾ ਡਾਕੂਮੈਂਟ ਮੰਗਦੀ ਆ। ਉਹ ਕੀ ਮੰਗਦੀ ਆ? ਸਟੂਡੈਂਟ ਦਾ ਪ੍ਰੋਫਾਈਲ, ਸਟੂਡੈਂਟ ਦਾ ਪ੍ਰੋਫਾਈਲ ਜੋ ਉਹ ਮੰਗਦੇ ਨੇ। ਉਹ ਕਹਿੰਦੇ ਉਹ ਬਹੁਤ ਵਧੀਆ ਹੋਣਾ ਚਾਹੀਦਾ। ਹੁਣ ਵਧੀਆ ਕੀ ਆ? ਮੈਂ ਕਹਿੰਦਾ ਸੀ 65% ਤੋਂ ਉੱਪਰ ਵਾਲੇ ਕੇਸ ਫੜੋ, ਚੰਗੇ ਜਿਹੜੇ ਕੋਰ ਸਬਜੈਕਟ ਨੇ, ਕੋਰ ਸਬਜੈਕਟਸ ਤੋਂ ਭਾਵ ਮੈਡੀਕਲ ਵਾਲੇ ਦੇ ਬਾਇਓ ਕੈਮਿਸਟਰੀ ਅਤੇ ਫਿਜ਼ਿਕਸ, ਨੋਨ ਮੈਡੀਕਲ ਵਾਲੇ ਦੇ ਮੈਥ ਕੈਮਿਸਟਰੀ ਫਿਜ਼ਿਕਸ, ਇਕਨੋਮਿਕਸ ਵਾਲੇ ਦੇ ਬਿਜ਼ਨਸ ਅਕਾਊਂਟਿੰਗ ਐਂਡ ਇਕਨੋਮਿਕਸ ਮੇਨ, ਕਾਮਰਸ ਵਾਲੇ ਦੇ। ਜੇ ਇਹਨਾਂ ਸਬਜੈਕਟਸ ਦੇ ਵਿੱਚੋਂ ਜੇ ਤੁਸੀਂ 65% ਤੋਂ ਉੱਪਰ ਹੋ ਤਾਂ ਹੀ ਕੇਸ ਅਪਲਾਈ ਕਰੋ ਕੈਨੇਡਾ ਦਾ। ਪਰ ਇਹ ਗੱਲਾਂ ਨਹੀਂ ਮੰਨੀਆਂ ਗਈਆਂ, ਲੋਕਾਂ ਨੇ ਵੀ ਧੜਾ ਧੜ ਕੇਸ ਲਾਏ, ਅਤੇ ਸਾਡੇ ਵੀਰ ਜਿਹੜੇ ਬਲਕ 'ਚ ਖੇਡਦੇ ਨੇ, 1,000 ਫਾਈਲ ਸਾਲ ਦੀ, 2,000 ਫਾਈਲ ਅੰਬੈਸੀ ਦੇ ਵਿੱਚ ਸਿੱਟਦੇ ਨੇ, ਜਿੰਨਾ ਚਿਰ ਵੀਜ਼ਾ ਆ ਰਹੇ ਸੀ ਬਹੁਤ ਵਧੀਆ ਸੀ, ਪਰ ਹੁਣ ਇਸ ਵਾਰ ਤਾਂ ਸਿਰਾ ਹੀ ਹੋ ਗਿਆ। 2-4 ਬੰਦੇ ਸਾਡੇ ਨਾਲ ਦੇ ਜੇ ਵੀ ਰਲ ਗਏ ਜਿਨ੍ਹਾਂ ਨੇ ਐਸ ਪੀ ਪੀ ਦੇ ਨੋਮਸ ਵੀ ਝੂਠੇ ਪਾਤੇ, ਰਿਕੁਆਇਰਮੈਂਟਸ ਦੀਆਂ ਧੱਜੀਆਂ ਹੀ ਉਡਾਤੀਆਂ, ਕਹਿੰਦੇ ਫਿਨਾਇਲਸ ਵੀ ਆ ਜਾਓ 5:30 'ਤੇ ਵੀ ਆ ਜਾਓ, 5 'ਤੇ ਵੀ ਆ ਜਾਓ, ਨੋਨ ਐਸ ਪੀ ਪੀ ਆ ਜਾਓ, ਬਸ ਤੁਸੀਂ ਜੋ ਕੁਛ ਵੀ ਕੀਤਾ ਸਾਡੇ ਕੋਲ ਆ ਜਾਓ, ਅਸੀਂ ਰੱਬ ਹਾਂ, ਅਸੀਂ ਹੀ ਵੀਜ਼ਾ ਆਫਿਸਰ ਹਾਂ, ਮੈਂ ਪਹੁੰਚਾਊਂਗਾ ਤੁਹਾਨੂੰ ਉੱਥੇ, ਫੀਸਾਂ ਵੀ ਨਹੀਂ ਲੈਂਦਾ, ਫੀਸਾਂ ਵੀ ਬਾਅਦ 'ਚੋਂ ਲੈ ਲਓ। ਅਤੇ ਫਿਰ ਉਹਨਾਂ ਨੇ ਤਾਂ ਸਿਰਾ ਹੀ ਕਰਾਤਾ ਐਰਕੀ, ਅੰਬੈਸੀ ਭਰਤੀ ਅਸੀਂ, ਕੈਨੇਡੀਅਨ ਹਾਈ ਕਮਿਸ਼ਨ ਚੰਡੀਗੜ੍ਹ ਵਾਲਾ ਆਫਿਸ ਫਾਈਲਾਂ ਨਾਲ ਭਰਤਾ, ਅਤੇ ਫਿਰ ਉਹਨਾਂ ਨੇ ਸਿਲਸਿਲਾ ਸ਼ੁਰੂ ਕੀਤਾ ਉਸ ਭਰੇ ਹੋਏ ਸਿਸਟਮ ਨੂੰ ਖਾਲੀ ਕਰਨ ਦਾ। ਅਤੇ ਖਾਲੀ ਕਰਨ ਦੌਰਾਨ ਉਹਨਾਂ ਨੇ ਉਹ ਸਟੂਡੈਂਟ ਵੀ ਰਿਫਿਊਜ਼ ਕਰਤੇ ਜਿਹੜੇ ਇੱਕ ਬ੍ਰਿਲੀਅੰਟ ਸਟੂਡੈਂਟ ਸੀ, ਜਿਹੜੇ ਬ੍ਰਿਲੀਅੰਟ ਸਟੂਡੈਂਟ ਕੰਸਿਡਰ ਕਰ ਸਕਦੇ ਹਾਂ। 80% ਵਾਲਿਆਂ ਬੱਚਿਆਂ ਦੀਆਂ ਰਿਫਿਊਜ਼ਲਸ ਆਈਆਂ ਨੇ, ਰੋਂਦੇ ਦੇਖਦਾ ਮੈਂ ਰੋਜ਼ ਮੇਰੇ ਆਫਿਸ ਦੇ ਵਿੱਚ, ਅਤੇ ਮੈਂ ਇਹੀ ਗੱਲ ਕਹਿੰਦਾ ਸੀ ਅੱਜ ਤਾਂ ਕੇਸ ਫੜ ਰਹੇ ਹੋ 50% ਵਾਲੇ, 55% ਵਾਲੇ ਐਡ ਵੀ ਇਹ ਦਿੰਦੇ ਹੋ ਵੀ ਜਿਨ੍ਹਾਂ ਦੇ 55% ਨੰਬਰ ਨੇ ਉਹ ਆ ਕੇ ਕੈਨੇਡਾ ਦਾ ਕੇਸ ਅਪਲਾਈ ਕਰ ਸਕਦੇ ਨੇ, ਕੇਸ ਅਪਲਾਈ ਕਰ ਸਕਦੇ ਨੇ। ਵੀਜ਼ਾ ਬਾਰੇ ਕਦੇ ਕੋਈ ਗੱਲ ਕੀਤੀ? ਪ੍ਰੋਸੈਸ ਬਾਰੇ ਕੋਈ ਗੱਲ ਕੀਤੀ? ਮੈਂ ਗੱਲ ਕਰ ਰਿਹਾ ਵਾਂ ਵੀ ਮੈਂ ਉਦੋਂ ਇਹ ਗੱਲ ਕਹਿੰਦਾ ਸੀ
कि अज तो साल डेढ़ साल बाद दो साल बाद असी पछतावांगे। साडा जिहड़ा यूथ है ना, जो तुसी अज कर रहे हो ना, उहदा खमियाजा सानू भी भुगतना पऊगा, असी भी भुगत रहे हां। जे मेरियां रिफ्यूजल आईयां ने तां उहदा कल्ला स्टूडेंट नहीं, उहदा खमियाजा भुगत रहा, मैं भी भुगत रहा, मेरा भी नुकसान होया, उस मेरे वीर भाई का भी नुकसान होया जिहड़े जिन्हां ने यह काम शुरू किया। इसलिए मेरी यह बेनती आ, मेरी यह रिक्वेस्ट आ, अज भी मैं थोनों ये कहना घबराओ ना, जे तुहाडे नंबर अकैडमिक स्कोरस अकैडमिक मड्यूल्स दे विचों जे तुहाडे नंबर घट ने, या तो उन्हां दी इंपरूवमेंट भर लो, इंपरूव करके केस दिओ, या हुण फरदर एजुकेशन आपदी इत्थे ही कॉन्टीन्यू कर लो, फिर आपदा केस अप्लाई करांगे। दोबारा हुण मेरे कोले होर जगह तो रिजैक्ट होकर तुम हम मेरे को आ रहे हो, हुण तुसी चाहुंदे हो भी तू आपकी प्रोसैसिंग फीस लै ला, दोबारे केस अपलाई कर दे, मैं की कर सकता, मैं कुछ नहीं कर सकता। हुण किवें होजूगा जी, तुसी मैनू एक गल दसो, मैं एक करियर काउंसलर हाँ, मैं इमीग्रेशन कंसल्टेंट हाँ, वीजा ऑफिसर नहीं है, मैं तो सिर्फ तुहानू राय दे सकदा, तो मेरी राय यह आ भी जे तुहाडे मार्क्स घट ने प्लस टू के विचों, जां जो भी तुहाडी रीसेंट एजुकेशन सी, जे तुहाडे मार्क्स 65% तो घट ने, प्लीज़ दोबारा केस अपलाई ना करो, वीज़ा नहीं आना। जिहड़ी सितंबर सैशन की जिनी रिफ्यूजल रेट रही है ना, उस तो भी ज़्यादा रिफ्यूजल रेशियो होना जनवरी की रहनी है। उन्होंने सारे जो चीज़ा असी भरिया सी अंबैसी के कमरे भरते, असी फाइलों सैट सैट के 5.5 ते 5 ते बिना आइलट्स या 50% वाले 55% वाले, अज उन्होंने हम सारे ही मोड़ने, वो खाली करना उत्थों आपका जिन्ना बैकलॉग से जोड़ा पायल अप हो गया ना सिस्टम, वो सारा हूँ खाली करना। तो सानू की लगता कि असी फाइल बना के भेजांगे तो उन्होंने डील करनी ही होगी, उन्होंने एक मिनट च खाली कर लेना जी, धड़ाधड़ रिफ्यूजल्स दे रहे हैं वो। एक गल होर दसनी चाहना, अकॉर्डिंग टू कनेडियन एजुकेशन सिस्टम, मेरी यह बेनती है सारे वीरां नू जिहड़े मेरे वीर मेरे वाला काम भी करते हैं उन्होंने, अकॉर्डिंग टू कनेडियन सिस्टम बच्चा जिमें साढ़े 100 चो 33 वाला पास हों ना जी, उमें कनेडा के 100 चो 50 वाला पास हों, तो असी कोर सबजैक्ट चो जिन्हें 100 चो 45 या 100 चो 33 या 100 चो 43 असी कहने, तो कोई नहीं ओवरऑल तेरे 60% बनते आ, तू निकल जाना। किवें केस निकलने वीरे, नहीं निकल सकते वीर जी, नहीं निकल सकते। मेरी बेनती है तुहानू सारयां नू, मेरे जिहड़े वीर मेरे नाल काम करते ने मेरे वाले प्रोफेशन दे विच, आप एक चीज़ नू बहुत ध्यान नाल समझनी होगी भी, जे तो 2-4 साल तुसी सिर्फ पैसे इकट्ठे करने सीगे, पैसे इकट्ठे करके कितें भज जाना, फिर तो गलत तरीके नाल गलत गाइडलाइनस दे के लोगों के केस अपलाई करा दो। जे सारी जिंदगी इहनू आपदा किता बनाना चाहुंदे हो, सारी जिंदगी लई इहतों प्रशादे छकणे ने, ते लोकां दा भला भी करना, बच्चों सही तरीके नाल उत्थे पहुँचदे भी करना, फिर चंगे राह अपनाओ, चंगे राह दिखाओ, आप भी चंगी सलाह दिओ। जे आप नू सलाह देनी चंगी नहीं आउंदी, या आप नू पता ही नहीं हैगा चंगी सलाह देने बारे, तो किसी तो पुछ लो यार, पढ़ लो CIC जाके, रिव्यूज देख लो की ने, अंबैसी का देख लो की है नेचर ऑफ वर्क, किवें वो वीज़ा दे रहे, किन्ना नू रिफ्यूज़ कर रही है। अज तो चलो चंगे केस भी रिफ्यूज़ कर रही है, पर वो भी असीं उहीं कीता सारा कुछ, जिहड़े आ अज बच्चे 80% वाले या चंगे बच्चों के प्रोफाइल रिजैक्ट हो गए ना, उन्होंने दुखी असीं आ, असीं कीता उन्होंने यह सारा कुछ नाल, वो लोग ने दुखी जिहड़े माँ प्यो इन्हां एजेंटां कोल गए, जिहड़े सिर्फ कुछ लालच भरपूर एडवरटीजमेंट्स देख के असीं भज्जे जाने आ, असीं असीं ये नहीं देखते भी असी गांह वाले आपकी पीढ़ियों वास्ते टोए पुट रहे हैं। इसलिए वीरो मेरी बेनती है तुहानू हथ बन के केस इस तरीके नाल पुट अप करो कि तुहाडा भी फायदा हो जाए, तो तुहाडियां आने वाली जनरेशन का भी फायदा हो। अज भी असी रोटी खाईए तो इस प्रोफेशन तो, मैं तो उन्होंने वास्ते गल कर रहा जिहड़े लोग मेरे यार काम करते हैं, तो असी खांदे रहिए। इन्ने पैसे तो कोई भी नहीं कट्ठे कर सकता भी असी अज ही 2 सालों पैसे कट्ठे करके घर भर लेने, तो मुड़ के सारी जिंदगी सानू बह के खावांगे। हर रोज़ ही काम करना, आउंदियां जनरेशनज ने साडे तो इनफॉर्मेशन लैके आपदे फ्यूचर नू सिक्योर करना। लोग सानू ये मानते हैं कि सानू कुछ चंगी राय दे सकते हैं, तो जो ये लोग साडे तो आपदा फ्यूचर आपदा साडे हथ पढ़ाउण आउंदे ने ना, आपदा आपका फ्यूचर साढ़े हाथ दे आते हैं, तो कोशिश करो उन्होंने चंगी राय दे दौ। इसलिए मेरी ये तुहानू बेनती आ, जो भी हुण तुहाडे कोले जिहड़े केस आउण, केस लाउण वाले भी ते केस फड़न वाले मेरे वीर भी,
इस चीज़ वाल ध्यान देन, परसेंटेज वाल ध्यान दौ, स्टू अंबैसी का नेचर ऑफ वर्क जरूर चैक कर लो, उस तो बाद अगले का केस पुटअप करो, तो करके असी भी नुकसान तो बच गए तो साडा क्लाइंट भी नुकसान तो बच गए। इन्ना कहिंदा होया मैं खिमा दा जाचकां जी, जे कुछ ज़्यादा बोलिया गया हो माफ़ी चाहुंदा आ। बाकी जिहड़े जिहड़े बच्चे रिफ्यूज़ हो गए ने, चंगे केस से चंगे प्रोफाइल से फिर भी रिफ्यूज़ हो गए, फिर 65% तो अबव मार्क्स से, चंगे बैंड स्कोर से, फिर भी उन्हां दा वीज़ा नहीं निकल सकिया, घबराउण ना, आपके केस में प्रॉपर तरीके वाचन, करिकुलम ऑफ द कोर्स का रेलीवेंसी सारिया चीज़ों ध्यान च रखते हुए तुम आपका केस रीअप्लाई कर दौ, कोई प्रॉब्लम नहीं, वीज़ा आजूगा। तो बाकी जो बच्चे मैं मिलना चाहते हैं, मेरे नाल मीटिंग करना चाहते हैं, तो वो मेरे किसी भी दसे हुए नंबर के उत्ते कॉल करके मेरे अपॉइंटमेंट फिक्स कर सकते हैं जी। मैं जिनी भी हो सकूगा आपकी प्रोफेसनल जो आपकी तुच्छ बुद्धि बुद्धि अनुसार जिनी भी मेरे च समझ होगी उस अनुसार मैं जो थोड़ा सॉर्ट आउट कर सकता हूँ करने की कोशिश करूँगा जी। थैंक यू।